ਸਤਿਕਾਰ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਜੀ। ਤੇ ਅੱਜ ਹੈਗਾ ਪਹਿਲਾ ਦਿਨ ਸਾਡਾ ਸ਼ਾਪਿੰਗ ਦਾ, ਤਾਂ ਦੋ ਤਿੰਨ ਦਿਨ ਹੋ ਗਏ ਆ ਬਸ ਏਦੇ ਘੁੰਮਣ ਘੇਰੀ ਦੇ ਵਿੱਚ ਹੀ ਲੰਘੇ ਆ। ਤਾਂ ਹੁਣ ਤਾਂ ਅਸੀਂ ਚੱਲੇ ਆ ਸ਼ਾਮ ਚ ਅਸੀਂ ਚੱਲੇ ਆ ਜੀ, ਕਿਉਂਕਿ ਅੱਜ ਚਾਚਾ ਜੀ ਦੀ ਲੜਕੀ ਦੇ ਜਾਣਾ ਘਰ ਘੇ ਲੈ ਕੇ, ਗੁੜੀਆ ਹੋਈ ਸੀ ਕਿਰਤ। ਮੀਂਹ ਪੈਣਾ ਨੀ ਹਟਦਾ, ਕੱਲ ਜਦੋਂ ਅਸੀਂ ਆਏ ਆ ਇੱਥੇ ਮੀਂਹ ਪਈ ਜਾਂਦਾ ਲਗਾਤਾਰ, ਠੰਡ ਜਿਆਦਾ ਹੋ ਗਈ ਆ। ਤੇ ਸਾਡੇ ਤੋਂ ਆਪਣੇ ਨੂੰ ਵੀ ਮੋਟਾ ਕੱਪੜਾ ਨੀ ਸੀ, ਆ ਕੇ ਸ਼ੋਪਿੰਗ ਕਰਾਂਗੇ ਉੱਥੋਂ ਵਿਹਲੇ ਹੋ ਕੇ, ਠੰਡ ਲੱਗਦੀ ਆ ਬੱਚਿਆਂ ਨੂੰ ਜਿਆਦਾ ਲੱਗਦੀ ਆ, ਕਿਉਂਕਿ ਸਾਰਿਕਾ ਤਾਂ ਥੋੜੀ ਬਿਮਾਰੀ ਹੋਈ ਆ ਕੱਲ ਪਰਸੋਂ ਦੀ, ਉਹਨੂੰ ਖੰਘ ਰੇਸ਼ਾ ਵੀ ਹੋਈ ਆ ਤੇ ਹੁਣ ਬੁਖਾਰ ਵੀ ਚੜਦਾ ਸੀਗਾ, ਮੈਡੀਸਨ ਦਿੱਤੀ ਸੀਗੀ। ਤਾਂ ਹੁਣ ਇਹ ਆ ਕਿ ਹੁਣ ਕੱਪੜੇ ਮੋਟੇ ਹੀ ਪੈਣੇ ਉਹਨਾਂ ਦੇ, ਫਰੋਕ ਵਗੈਰਾ ਮੈਂ ਸ਼ਾਇਦ ਪੈ ਜਾਣਗੀਆਂ, ਹਲੇ ਥੋੜਾ ਮੌਸਮ ਸਹੀ ਆ ਪਰ ਪੈਣੀਆਂ ਨੀ ਜਿਸ ਹਿਸਾਬ ਦੇ ਨਾਲ ਮੌਸਮ ਹੋਇਆ ਆ, ਤੇ ਉਹਨਾਂ ਦੇ ਮੋਟੇ ਕੱਪੜੇ ਹੀ ਪੈਣੇ ਆ। ਫੁੱਲ ਬਾਜੂ ਮੀਂਹ ਨਾਲ ਬਹੁਤ ਬੁਰਾ ਹਾਲ ਹੋਇਆ, ਰਾਤ ਮੀਂਹ ਪਈ ਜਾਂਦਾ, ਇੱਕ ਸਾਡੇ ਲਾਈਟ ਨੀ ਆਈ ਹਾਲਾਤ ਖਰਾਬ ਹੀ ਹੋ ਜਾਂਦੇ ਆ ਜਦੋਂ ਬੰਦ ਰਹਿਣ ਲੱਗ ਜਾਂਦੇ ਆ, ਬਹੁਤ ਖਰਾਬ ਹੋਇਆ ਕੰਮ। ਘੁਣ ਬਹੁਤ ਲੱਗਾ, ਲੱਕੜੀ ਦਾ ਨਾ ਕੰਮ ਕਰਾਇਆ ਸੀ ਉਦੋਂ, ਬਹੁਤ ਮਹਿੰਗਾ ਕਰਾਇਆ ਸੀ, ਉਹ ਲੱਕੜੀ ਸਾਰੀ ਖਰਾਬ ਹੋ ਗਈ ਹੈ, ਬਹੁਤ ਬੁਰਾ ਹਾਲ ਹੋਇਆ। ਹੌਲੀ ਹੌਲੀ ਹੋਊਗਾ ਸੈੱਟ ਸਾਰਾ ਕੁਛ ਹੀ, ਪਹਿਲਾਂ ਤਾਂ ਇਨਵਰਟਰ ਦਾ ਕਰਾਉਣਾ, ਇੱਕ ਪਾਈਪਾਂ ਦੇ ਵਿੱਚ ਬਲੋਕੇਜ ਹੋਈ ਹੈ ਸਾਰੇ ਆਪਣੇ ਜਿਹੜੇ ਟੂਟੀਆਂ ਟਾਟੀਆਂ ਉਹ ਸਹੀ ਕਰਾਉਣਾ ਪੈਣਾ ਪਹਿਲਾਂ, ਪਰ ਹਲੇ ਇੰਨਾ ਹੈ ਕਿ ਟਾਈਮ ਵੀ ਹੈ ਨੀ ਕੋਲ, ਕਿਉਂਕਿ ਮੈਰਿਜ ਵੀ 1 ਤਰੀਕ ਦੀ ਹੈਗੀ ਆ ਤੇ ਉਹ ਵੀ ਲੱਗ ਗਈ ਆ, ਤੇ ਸਾਰਾ ਕੁਛ ਹੀ ਲੈਣਾ ਪੈਣਾ, ਸਮਾਨ ਲੈਣਾ, ਸ਼ੋਪਿੰਗ ਕਰਨੀ ਆ ਤੇ ਮੈਰਿਜ ਦੀ ਵੀ ਸ਼ੋਪਿੰਗ ਕਰਨੀ ਆ, ਤੇ ਬਹੁਤ ਹੁਣ ਦੇਖਦੇ ਆ ਕਿੱਦਾਂ ਕਿੱਦਾਂ ਟਾਈਮ ਨਿਕਲਦਾ ਆ। ਸਬਸਕ੍ਰਾਈਬਰ ਸਾਨੂੰ ਬਹੁਤ ਮਿਲ ਰਹੇ ਆ, ਜਿੱਥੇ ਅਸੀਂ ਜਾਈਦਾ ਮਿਲਦੇ ਆ, ਥੈਂਕ ਯੂ ਉਹਨਾਂ ਦਾ ਵੀ ਜਿਹੜੇ ਸਾਨੂੰ ਮਿਲਦੇ ਆ, ਮਤਲਬ ਕਿ ਇੰਨਾ ਕੁ ਪਿਆਰ ਦਿੰਦੇ ਆ ਨਾ ਤੁਸੀਂ, ਤੇ ਸਾਡਾ ਹੁਣ ਹੌਸਲਾ ਵੱਧਦਾ ਆ ਕਿ ਅਸੀਂ ਹੁਣ ਵਧੀਆ ਤੋਂ ਵਧੀਆ ਤੁਹਾਡੇ ਲਈ ਵੀਡੀਓ ਤੇ ਬਲੌਗ ਲੈ ਕੇ ਆਈਏ। ਤੁਸੀਂ ਬਲੌਗ ਨੂੰ ਪਹਿਲੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਇੱਥੇ ਸਾਰੇ ਇਹ ਬਲੌਗ ਦੇਖਿਓ ਤੇ ਨਾਲੇ ਸਾਨੂੰ ਕਮੈਂਟ ਕਰਿਓ, ਅਸੀਂ ਸਪੈਸ਼ਲੀ ਤੁਹਾਡਾ ਜਿਹੜਾ ਕਮੈਂਟ ਹੈ ਰੀਡ ਕਰਦੇ ਆ, ਧਿਆਨ ਰੱਖਿਆ ਕਰੋ ਇਸ ਗੱਲ ਦਾ, ਅਸੀਂ ਤੁਹਾਡਾ ਕਮੈਂਟ ਜ਼ਰੂਰ ਪੜ੍ਹੀਦਾ। ਹਾਂ ਜੇ ਨਾਲੇ ਜੇ ਸਾਨੂੰ ਕਿਸੇ ਨੇ ਦੇਖਿਆ ਹੈ ਨਾ ਤੇ ਸਾਨੂੰ ਮਿਲ ਜ਼ਰੂਰ ਲੈਣ, ਜਦੋਂ ਕਹਿੰਦੇ ਆ ਕਿ ਅਸੀਂ ਤੁਹਾਨੂੰ ਦੇਖਿਆ ਸੀਗਾ ਤਾਂ ਅਸੀਂ ਤੁਹਾਨੂੰ ਸੰਗਦੇ ਸੀਗੇ ਤੇ ਤਾਂ ਕਰਕੇ ਅਸੀਂ ਨਹੀਂ ਮਿਲੇ, ਸੰਗੋ ਨਾ ਤੇ ਸੰਗੋ ਨਾ ਅਸੀਂ ਵੀ ਤੁਹਾਡੇ ਵਰਗੇ, ਅਸੀਂ ਕੋਈ ਸੈਲੀਬ੍ਰਿਟੀ ਨਹੀਂ ਹੈਗੇ, ਤੁਹਾਡੇ ਵਾਂਗੂ ਹੀ ਆ, ਇੱਕ ਆਮ ਪਰਿਵਾਰ ਦੇ ਵਿੱਚੋਂ ਕੋਈ ਇੱਡੀ ਵੱਡੀ ਨਹੀਂ ਹੈਗੀ ਗੱਲ, ਤੇ ਬਸ ਤੁਸੀਂ ਪਿਆਰ ਦਿੱਤਾ ਤਾਂ ਇੱਥੇ ਤੱਕ ਪਹੁੰਚ ਗਏ ਆ। ਹਾਂ ਬਾਕੀ ਤੁਹਾਨੂੰ ਮਿਲਦੇ ਆ, ਮਿਲਦੇ ਆ ਤੁਹਾਨੂੰ ਅੱਗੇ ਜਾ ਕੇ। ਘੁੰਮੜੇ ਘੁੰਮੜੇ ਲਾ ਕੇ ਘੁੰਮਦੀ, ਘੁੰਮੜੇ ਅਸੀਂ ਕੋਈ ਭੂਆ ਨਹੀਂ ਆ, ਅਸੀਂ ਬਸ ਇੱਕੋ ਜਿਹੀਆਂ ਹੀ ਸਮਝ ਲਓ, ਇੱਕੋ ਜਿਹੀਆਂ ਦਾ ਆਣ ਦੀਆਂ ਆਣ ਵੇਲੇ ਆਣ ਵੇਲੇ
बाहां चक नहीं हुंदी आपां नूं Thank you.